ਵੀਡੀਓ ਸੁਣਨ ਵਾਲਿਆ ਤੇ ਵੇਖਣ ਆਇਆ ਨੂੰ ਸਾਡੀ ਤਰਫੋਂ ਅਸਲਾਮ ਅਲੈਕੁਮ ਤੇ ਭਾਈ ਅੱਜ ਨਾਜ਼ਮ ਸਾਹਿਬ ਆਏ ਨੇ ਲਾਲੇ ਮੂਸਿਓਂ ਅਖਵਾਸਪੁਰ ਤੋਂ ਤੇ ਭਾਈ ਰਜ਼ਾਕ ਦੀ ਜਿਹੜੀ ਪਸੰਦ ਹੈ ਉਹ ਬਾਈ ਸਾਰੇ ਬੰਦੇ ਪਸੰਦ ਕਰਦੇ ਨੇ ਤੇ ਮੈਂ ਕਿਹਾ ਚਲੋ ਜੀ ਅਸਾਂ ਦਿਲ ਹੀ ਰਾਜ਼ੀ ਕਰਨਾ ਨਾ ਭਾਈ ਸਾਡੇ ਦਾ ਹੋ ਜਾਂਦਾ ਦਿਲ ਰਾਜ਼ੀ ਨਾ ਦੂਜਿਆਂ ਦਾ ਤੇ ਉਹ ਆਹਦੇ ਜੀ ਸਾਨੂੰ ਤਰਜ਼ ਵੀ ਉਹ ਇੱਕ ਕਿਸਟ ਭਰੀ ਸੀ ਉਸ ਤਰਜ਼ 'ਤੇ ਸਾਨੂੰ ਉਹ ਦੋ ਚਾਰ ਸ਼ੇਅਰ ਤੁਸੀਂ ਪਾਰ ਕੇ ਦਿਓ ਚਲੋ ਮੈਂ ਕਿਹਾ ਠੀਕ ਹੈ ਹੁਣ ਆਇਓ ਤੁਹਾਡੀ ਡਿਮਾਂਡ ਤਾਂ ਪੂਰੀ ਹੋ ਜਾਏਗੀ ਤੇ ਅਸੀਂ ਨਾਜ਼ੁਕ ਦਿਲ ਦੇ ਲੋਕਾਂ ਤੇ ਸਾਡਾ ਦਿਲ ਨਾ ਯਾਰ ਦਿਖਾਇਆ ਕਰ ਤੇ ਨਾ ਝੂਠੇ ਵਾਦੇ ਤੇ ਨਾ ਝੂਠੀਆਂ ਕਸਮਾਂ ਖਾਰ ਤੇ ਤੈਨੂੰ ਕਈ ਵਾਰੀ ਮੈਂ ਆਖਿਆ ਤੇ ਮੈਨੂੰ ਮੁੜ ਮੁੜ ਨਾ ਅਜ਼ਮਾਇਆ ਕਰ ਤੇ ਤੇਰੀ ਯਾਦ ਦੇ ਵਿੱਚ ਮੈਂ ਉਹ ਮਰ ਜਾਵਾਂ ਤੇ ਮੈਨੂੰ ਇੰਨਾ ਯਾਦ ਨਾ ਅੱਜ ਤੱਕ ਗੱਲ ਕੀਤੀ ਤੇ ਤੇਰੀ ਹਰ ਮੁਲਾਕਾਤ ਮੀਆਂ ਅਕਬਾਲ ਮੈਂ ਜਾਏ ਕੀਤੀ ਤੇ ਜਿਵੇਂ ਮੂਸਾ ਨਾਲ ਖੁਦਾ ਤੇ ਨਹੀਂ ਫਰਕ ਕੀਤਾ ਤੇਰੀ ਪੂਜਾ ਵਿੱਚ ਤੇ ਨਹੀਂ ਖਤਰਿਆਂ ਦੀ ਪਰਵਾਹ ਕੀਤੀ ਤੇ ਇੱਕ ਤੈਨੂੰ ਰੱਬ ਨਹੀਂ ਬਾਕੀ ਸਾਰੀ ਰਸਮ ਅਦਾ ਕੀਤੀ ਵਾਹ ਜੀ ਵਾਹ ਮੈਂ ਵੇਖਾਂ ਤੇ ਉਹ ਵੇਖੇ ਨਹੀਂ ਤੇ ਜੇ ਮੈਂ ਨਾ ਵੇਖਾਂ ਤੇ ਕਿੱਥੋਂ ਐਡੀ ਕਿਸਮਤ ਲਿਆਵਾ ਮੇਰੇ ਵੇਖਣ ਦੇ ਵਿੱਚ ਵੇਖੇ ਤੇ ਯਾਰ ਤੇਰਾ ਤੇਰੇ ਅੰਦਰ ਉਹ ਰਹਿੰਦਾ ਤੇ ਤੈਨੂੰ ਐਵੇਂ ਪਾਣ ਭੁੱਲ ਗਿਆ ਤੇ ਯਾਰ ਫਰੀਦ
ਲਾ ਕੇ ਪੜ੍ਹ ਲਏ ਆ, ਜੁਵੇਦ ਦੀ ਵੀ ਫਰਮਾਇਸ਼, ਕਾਰੀਅਰਾਂ ਦੀ ਵੀ ਫਰਮਾਇਸ਼ ਮੁਲਤਾਨ ਤੋਂ, ਤੇ ਆਜੀਅਰਾਂ ਦੀ ਵੀ ਫਰਮਾਇਸ਼, ਹੋਰ ਵੀ ਕਈਆਂ ਦੋਸਤਾਂ ਦੀ ਫਰਮਾਇਸ਼, ਤੇ ਨਹੀਂ ਆਇਆ ਮੇਰਾ ਦਿਲ ਬਾਰ ਮਾਈ, ਤੇ ਐਵੇਂ ਬੋਲਣਾ ਝੂਠਿਆ ਤੇ ਤੂੰ ਝੂਠਾ, ਤੇਰੇ ਬੋਲ ਵੀ ਝੂਠੇ, ਤੇ ਤੈਨੂੰ ਤਾੜੀ ਮਾਰ ਉਡਾਵਾਂ, ਤੇ ਜੇ ਪੱਕੀ ਖਬਰ ਮਿਲਣ ਦੀ ਦੇਵੇਂ, ਤੈਨੂੰ ਕੁੱਟ ਕੁੱਟ ਜੂਰੀਆਂ ਪਾਵਾਂ, ਤੇ ਆਵੇ ਮਾਈ ਕਰ ਜਾਵਾਂ ਦੀਦਾਵਾਂ, ਤੇ ਕਿਤੇ ਰੋਂਦੀ ਨਾ ਮਰ ਜਾਵਾਂ। ਮੁਹੰਮਦ ਅਸ਼ਰਫ ਡਿੰਗੇ ਸ਼ਹਿਰ 'ਚ ਉਸਮਾਨ ਨੇ ਮੈਨੂੰ ਦੱਸਿਆ ਵੀ ਉਹ ਵੀ ਤੁਹਾਡੇ ਫੈਨ ਨੇ, ਕਾਫ਼ੀ ਉਹਨਾਂ ਦੇ ਕਮੈਂਟਸ ਆਉਂਦੇ ਨੇ। ਇੱਕ ਨਵਾਬ ਖਾਂ ਹੈ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਅਤੇ ਮੀਆਂ ਸਾਹਿਬ ਜੀ ਲਿਖਦੇ ਨੇ ਤਰਜ਼ ਇਸ ਵਿੱਚ ਹੀ, ਕਿਉਂਕਿ ਮੁਮਤਾਜ਼ ਨੂੰ ਵੀ ਬੜੀ ਪਸੰਦ ਹੈ। ਅਤੇ ਜੋਗ ਜਨਾ ਦੀ ਮੋਤੀ ਹੋਵੇ ਨਹੀਂ ਜੁਗਦੇ ਦਾਣੇ, ਤੇ ਕਰਮ ਜਨਾ ਦੇ ਕਰਦੇ ਮੁਰਸ਼ਦ, ਉਹ ਕਮਲੇ ਵੀ ਬਣ ਸਿਆਣੇ, ਤੇ ਤੂੰ ਮਿਲਿਆ ਬੈਲੀ ਮੈਂ ਕੀਤਾ ਏ ਲੱਖ ਸ਼ੁਕਰਾਨਾ, ਤੇ ਦਾਨਿਸ਼ਮੰਦਾਂ ਨੂੰ ਸੱਪ ਨਹੀਂ ਲੜਦਾ ਇੱਕ ਖੁੱਡੂ ਦੋ ਵਾਰੀ, ਤੇ ਮੁੜ ਮੁੜ ਧੋਖੇ ਖਾਣ ਮੁਹੰਮਦ ਮਤ ਜਨਾ ਦੀ ਮਾਰੀ। ਤੇ ਇਹ ਸ਼ੇਰ ਜਿਹੜਾ ਅਗਲਾ ਬੋਲਣ ਲਏ ਆ, ਇੱਕ ਜ਼ਲਫਰ ਆਬਾਸ ਮੰਝ ਦੀ ਵੀ ਇਹ ਪਸੰਦ ਹੈ, ਤੇ ਭਾਈ ਯਾਰ ਮੁਹੰਮਦ ਮੀਆਂ ਸਾਹਿਬ ਵਾਲੀ ਲਿਖਦੇ ਨੇ, ਯਾਰਾਂ ਬਾਜ ਆਰਾਮ ਨਹੀਂ ਆਉਂਦਾ, ਤੇ ਜੀਜਰ ਬਵੀਏ ਵੇ ਨਾ ਜੁੜ ਕੇ ਵੇ, ਤੇ ਕੁੱਕੜ ਵਾਂਗ ਦਿੱਤੀ ਨਹੀਂ ਆਇਆ ਅਜੇ ਸ਼ਹਿਜ਼ਾਦਾ ਮੁੜ ਕੇ ਵੇ। ਵਾਹ ਜੀ ਵਾਹ, ਬਾਬਾ ਜੀ ਕਿਆ
ਤੇ ਇਹ ਸ਼ੇਰ ਚਲੋ ਕੋਲ ਆਪਣੇ ਨੂੰ ਕੋਈ ਲਾ ਲਈਦਾ, ਇਹ ਹਾਜੀ ਨਾਜ਼ਮ ਸਾਹਿਬ ਜਿਹੜੇ ਨੇ ਇਹ ਉਹਨਾਂ ਤਰਤੀਬ ਲਿਆ ਕੇ ਲਾਈ ਹੈ ਵੀ ਇਸ ਤਰਤੀਬ 'ਤੇ ਸਾਨੂੰ ਇਹ ਸੁਣਾਓ ਅਤੇ ਇਸ ਤਰ੍ਹਾਂ 'ਤੇ ਸੁਣਾਓ। ਅਤੇ ਸਰਕਾਰ ਲਿਖਦੇ ਨੇ ਓ ਤੁਰ ਗਏ ਯਾਰ ਮੁਹੱਬਤਾਂ ਵਾਲੇ ਤੇ ਨਾਲੇ ਲੈ ਗਏ ਆਸੇ ਤੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਹੁਣ ਜਾਈਏ ਕਿਹੜੇ ਪਾਸੇ ਤੇ ਨਾ ਰੋ ਚੱਲੀਏ ਕਰਮਾ ਸੜੀਏ ਉਹ ਕਰ ਕੁਝ ਅਕਲ ਸੁਧਰ ਤੇ ਜ਼ੋਰਾਂ ਵਰਾਂ ਨਾਲ ਨਿਉਂ ਲਾ ਕੇ ਉਹ ਪੈਂਦੇ ਨੇ ਦੁੱਖ ਸਹਿਣ ਭਾਈ ਰਿਆਜ਼ ਭਾਈ ਤੇਰੀ ਫਰਮਾਇਸ਼ ਜਿਹੜੀ ਉਹ ਤਾਂ ਮੈਂ ਨਾ ਗੱਲ ਹੀ ਛੱਡ ਦੇ ਵੀ ਯਾਰ ਬੰਦਾ ਜਿਹੜਾ ਆਉਂਦਾ ਵੀ ਉਹ ਪਹਿਲਾਂ ਸ਼ੇਰ ਵਿੱਚ ਉਹ ਹੀ ਬੋਲਿਆ ਕਰੋ। ਚਲੋ ਫਿਰ ਕਿਸੇ ਵੇ ਹੋ ਹੀ ਜਾਂਦਾ ਤਾਂ ਮੈਂ ਕਿਹਾ ਚਲੋ ਨਾ ਭਾਈ ਰਿਆਜ਼ ਦੀ ਯਾਦ ਆ ਜਾਏ ਦੀ ਅਤੇ ਨਾਲੇ ਫਿਰ ਉਹਨਾਂ ਦਾ ਸ਼ੇਰ ਹੋ ਜਾਏਗਾ ਅਤੇ ਨਾਲੇ ਦੂਜਿਆਂ ਦਾ ਫਿਰ ਦਿਲ ਖੁਸ਼ ਹੋ ਜਾਏਗਾ। ਅਤੇ ਸਰਕਾਰ ਲਿਖਦੇ ਨੇ ਅਤੇ ਜਿਸ ਘਰ ਵਿੱਚ ਆਉਣ ਜਾ ਮੁਹੰਮਦ ਆਰਫ ਯੂਕੇ ਤੋਂ ਸਜਾਦ ਅਹਿਮਦ ਇਟਲੀ ਤੋਂ ਵੀ ਆਉਂਦਾ ਸੀ ਬਈ ਯਾਦ ਕਰਦਾ ਸੀ। ਚਲੋ ਮੈਂ ਕਿਹਾ ਨਸੀਰ ਵੀ ਉੱਥੇ ਇਟਲੀ ਤੋਂ ਰਾਸ਼ੀ ਆਪਣਾ ਕਿੱਥੇ ਹੁੰਦਾ ਤੁਰਕੀ ਕਿ ਇਟਲੀ ਸਰਕਾਰ ਲਿਖਦੇ ਨੇ ਆ ਦੁੱਖ ਤੇਰੇ ਮੈਨੂੰ ਸੌਣ ਨਹੀਂ ਦਿੰਦੇ ਤੇ ਕਰ ਕਰ ਲੱਗੇ ਰੋਗ ਮੁਹੰਮਦ ਬਖਸ਼ਾ ਕੱਖ ਨਹੀਂ ਛੱਡਦੇ ਪੱਲੇ ਤੇ ਅੱਗੇ ਸ਼ੇਰ ਦੇ ਵਾਸਤੇ ਵਾਜਪੇਈ ਦਾ ਤੇ ਚਲੋ ਫਿਰ ਪਸੰਦ ਇਹਨਾਂ ਦੀ ਤੇ ਇਹਨਾਂ ਦਾ ਵੀ ਚਾਹੀ ਸਾਹਿਬ ਚ ਪੈ ਜਾਂਦਾ ਕਿਉਂ ਚਾਹੀਦਾ। ਸਰਕਾਰ ਲਿਖਦੇ ਨੇ ਆ ਭਾਈ ਯਾਰ ਮੁਹੰਮਦ ਉਹ ਜਿਹੜੀ ਯਾਰੀ ਵਿੱਚ ਲਾਲਚ ਹੋਵੇ ਉਹ ਕਦੇ ਤੋੜ ਨਹੀਂ ਚੜਦੀ ਤੇ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਤੇ ਖਾਬਿਆਂ ਮੈਨੂੰ ਮਾਈ ਮਿਲਿਆ ਤੇ ਮੈਂ ਗਲ ਵਿੱਚ ਪਾ ਲਈਆਂ ਬਾਹਾਂ ਤੇ ਡਰਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ। ਭਾਈਆ ਯਾਰ ਮੁਹੰਮਦ ਅੱਗੇ ਮੀਆਂ ਮੁਹੰਮਦ ਸਾਹਿਬ ਵਾਲੀ ਆਉਂਦੇ ਨੇ ਪਰ ਜਿੱਥੇ ਯਾਰ ਗਿਆਨ ਦੀ ਕਦਰ ਸ਼ਦਰ ਨਾ ਹੋਵੇ ਉੱਥੇ ਕੀ ਜਾਣਾ ਹੁੰਦਾ। ਤੇ ਜਿਹੜੀ ਮਹਿੰਦੀ ਰੰਗ ਨਾ ਦੇਵੇ ਤੇ ਉਸ ਮਹਿੰਦੀ ਦਾ ਕੀ ਲਾਣਾ ਤੇ ਜਿੱਥੇ ਗਿਆਨ ਦੀ ਕਦਰ ਨਾ ਹੋਵੇ ਲੈ
ਜਾਣ ਉੱਥੇ ਵਾ